ਅਸਲਾਮੁਅਲੈਕਮ ਜੀ ਬਈਓ 6 ਇੰਚ ਰਬਰ ਰੋਲ ਦੀ ਪ੍ਰੋਬਲਮ ਜੜੀ ਹੈ ਨਾ ਉਸ ਦਾ ਇੱਕ ਬੰਦੇ ਨੇ رابطہ ਕੀਤਾ ਸੀ ਕਿ ਉਹ ਆਪਣੀ 6 ਇੰਚ ਰਬਰ ਰੋਲ ਜਿਹੜਾ ਉਹ ਪ੍ਰੋਬਲਮ ਕਰ ਰਿਹਾ ਹੈ ਉਹ ਫਲੇ ਤੇ ਉਹਦੇ ਵਿੱਚ 2-3 ਮਸਲੇ ਮਸਾ ਲੈਣ ਜਿਨ੍ਹਾਂ ਦੇ ਬਾਰੇ ਵਿੱਚ ਦੋਨ ਰਸਤੇ ਆ ਇਹਦੇ ਵਿੱਚ ਜਨਾਬ ਦਾ ਦੜਾ ਬਣਾ ਕਰ ਇਹ ਰਬੜ ਰੂਲ ਤੇ ਆ ਇਹਨਾਂ ਅਲਰ ਵੀ ਆਖ ਜਨ ਰਬੜ ਰੂਲ ਵੀ ਆਖਨੇ ਨੇ ਤੇ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਬਰੂਲੇ ਫਸਦੇ ਨੇ ਰੂਲੇ ਫਸਣ ਦੀ وجہ ਇਹ ਹੁੰਦੀ ਹੈ ਇਹ ਜਿਹੜੀ ਬ੍ਰੈਕਟ ਆ ਇਹ ਇਹਦੇ ਉੱਪਰ ਥੱਲੇ ਵੈਲਡ ਹੋਈ ਹੈ ਨਾਲ ਇਹਨਾਂ ਪੱਟੀ ਲੱਗ ਕੇ ਠੀਕ ਹੈ ਇਹ ਜਾਂਦੀ ਟੁੱਟ ਜਿਸ ਵੇ ਟੁੱਟਦੀ ਹੈ ਇਹ ਇੱਥੇ ਫਸਣ ਲੱਗ ਜਾਂਦੀ ਹੈ ਇਸ ਸਾਈਡ ਤੇ ਇਸ ਸਾਈਡ ਤੇ ਕਾ ਇਹਦਾ ਹੱਲੇ ਹੁੰਦਾ ਤੇ ਇਹ ਜਿਵੇਂ ਇਹਦੀ ਆ ਕਿਲੀ ਕਾਰਡ ਕੇ ਨਾ ਜਿਹੜੀ ਕਿਲੀ ਹੈ ਇਹ ਕਿਲੀ ਕਾਰਡ ਕੇ ਚੈੱਕ ਕਰੋ ਕਿ ਇਹ ਮੇਰੇ ਖਾਲ ਤਸਵੀਰ ਇਮੇਜ ਨਹੀਂ ਸਹੀ ਆ ਰਹੀ ਇੱਕ ਮਨ ਦੂਸਰੇ ਤੋਂ ਮਨ ਇਹ ਜਿਹੜੀ ਹੈ ਨਾ ਜੀ ਇਹ ਕਿਲੀ ਹੈ ਇੱਥੇ ਕਿਲੀ ਹੈ ਇਹ ਕਿਲੀ ਕਟੋ ਇਸ ਨਾਲ ਅੱਗੇ ਪਿੱਛੇ ਟੋਰੋ ਜੇ ਹੱਥ ਨਾਲ ਆਰਾਮ ਨਾਲ ਈਜ਼ੀਲੀ ਟੇਲ ਲਾਇਆ ਨਹੀਂ ਆਰਾਮ ਨਾਲ ਫੜਿਆ ਪਰਾਂ ਟੁੱਟ ਜਾ ਉਰਾ ਆ ਜਾ ਫਿਰ ਤੁਹਾਡਾ ਇੱਥੇ ਪ੍ਰੋਬਲਮ ਨਹੀਂ ਜੇ ਇਹ ਫੜਿਆ ਅਗਾ ਪਿਛਾ ਨਾ ਟੁਰੇ ਅੱਗੇ ਪਿੱਛੇ ਠੀਕ ਹੈ ਆਂ ਤਾਂ ਜੇ ਸਰਕਤ ਕਰਨੀ ਹੁੰਦੀ ਹੈ ਇਹ ਨਾ ਕਰੇ ਫਿਰ ਇਹ ਪ੍ਰੋਬਲਮ ਹੈ ਤੁਹਾਡਾ ਇਹ ਟੁੱਟੇ ਆ ਕਿਸੇ ਨਾ ਕਿਸੇ ਜਗ੍ਹਾ ਤੇ ਇਹਨੂੰ ਬਾਹਰ ਕੱਢੋ ਬਾਹਰ ਕੱਢ ਕੇ ਦੇ ਵੇਚ ਦੂਆ ਸਾਡਾ ਬੈਰੰਗ ਹੋਣੇ ਨੇ ਬੈਰੰਗ ਕੱਢ ਲਓ ਬੈਰੰਗ ਕੱਢ ਕੇ ਵੈਲਡ ਕਰੋ ਵੈਲਡ ਕਰਕੇ ਇਸ ਨੇ ਇੱਥੇ ਪੱਟੀ ਲਾਓ ਹਾਂਜੀ ਜੇਸ ਤਰ੍ਹਾਂ ਦੂਸਰੇ ਜੀ ਤੁਹਾਨੂੰ ਖਾਈਏ ਪੱਟੀ ਲੱਗੀ ਹੈ ਠੀਕ ਹੈ ਔਰ ਅਬ ਜ਼ਿਆਦਾਤਰ ਲੋਕਾਂ ਕੋ ਟੁੱਟ ਜਾਂਦਾ ਕਿਉਂਕਿ ਮਸ਼ੀਨ ਜਦसे ਫਸਦੀ ਹੈ ਨਾ ਉਸੇ ਟੈਲ ਲੱਗਦਾ ਉਹ ਟੁੱਟ ਜਾਂਦਾ ਠੀਕ ਹੈ ਇਹਨ ਚੰਗੀ ਤਰ੍ਹਾਂ ਔਰ ਕਈਆਂ ਨੇ ਦੇਗੀ ਰਾੜ ਲਿਆਓ ਜਿੱਦੇ ਕੀ ਲਿਆਓ ਇਹ ਜਿਹੜੀ ਦੇਗੇ ਨਾ ਇਹ ਅੱਛੀ ਦੇਗੇ ਇਸਨੇ ਲੋਹੇ ਦਾ ਰਾੜ ਵੀ ਕੰਮ ਕਰ ਜਾਂਦਾ ਠੀਕ ਹੈ ਲੋਹੇ ਦੇ ਰਾੜਾ ਰਾੜਾ ਨਾਲ ਦੋਹਾਂ ਸਾਈਡਾਂ ਤੇ ਇਥੋਂ ਪੱਟੀ ਦਾ ਯੂ ਬਣਾਓ ਯੂ ਬਣਾ ਕੇ ਥੱਲੇੋਂ ਦੀ ਕੱਢ ਕੇ ਉਧਰ ਵੈਲਡ ਕਰ ਲਓ ਵੈਲਡ ਕਰਕੇ ਅੱਗੋ ਲਾ ਦੋੜਾ ਬਣਾ ਕਰੇ ਉਸ ਤੋਂ ਬਾਅਦ ਇਸਨ ਲਵਾਣਾ ਟੂਲ ਐਸ ਸਾਈਡ ਤੇ ਆ ਜਿਹੜੀ ਸਾਈਡ ਜਿੱਥੇ ਮੈਂ ਹੱਥ ਰੱਖਿਆ ਐਸ ਸਾਈਡ ਤੇ ਅੰਦਰਲੀ ਸਾਈਡ ਤੇ ਜਿਸ ਸਾਈਡ ਤੇ ਰੂਲੇ ਹੁੰਦੇ ਨੇ ਉਹ ਸਾਈਡ ਦਾ ਸੂਤਰ ਟੂਲ ਲਵਾ ਚੜੋ ਟੂਲਵਾ ਕੇ ਲਿਆ ਕੇ ਵੀੜ ਕੇ ਇਸਨ ਅੱਗੇ ਪਿੱਛੇ ਕਰਕੇ ਪਲੇ ਚੈੱਕ ਕਰੋ ਪਲੇ ਦੇਵੇ ਠੀਕ ਹੈ ਨਾ ਦੇਵੇ ਫਿਰ ਹੋਰ ਟੂਲਵਾਣਾ ਪਉਣਾ ਲੇਕਿਨ ਅੱਗੇ ਜਿੰਨੇ ਵੀ ਮੈਂ ਲਵਾਏ ਨੇ ਸੂਤਰ ਹੀ ਲਵਾਣਾ ਪਉਂਦਾ ਟੂਲ ਜ਼ਿਆਦਾ ਨਹੀਂ ਲਵਾਣਾ ਪਉਂਦਾ ਠੀਕ ਹੈ ਉਸ ਤੋਂ ਬਾਅਦ ਪ੍ਰੋਬਲਮ ਆਉਂਦੀ ਹੈ ਜੇ ਆਜ਼ਾਦ ਹੋਵੇ ਫਿਰ ਪ੍ਰੋਬਲਮ ਆਉਂਦੀ ਹੈ ਆ ਜਿਹੜੀ ਕਿੱਲੀ ਵਿੱਚ ਨਜ਼ਰ ਆ ਰਹੀ ਹੈ ਨਾ ਅੱਜ ਇੱਥੇ ਮੈਂ ਉਂਗਲੀ ਰੱਖੀ ਹੈ ਇਹ ਕਿੱਲੀ ਜਿਹੜੀ ਹੈ ਇਹ ਇਹਦੇ ਨਾਲ ਲੱਗੀ ਹੋਣੀ ਚਾਹੀਦੀ ਜਿਸ ਤਰ੍ਹਾਂ ਹੋਣ ਲੱਗੀ ਹੈ ਠੀਕ ਹੈ ਚਮਕੀਲੀ ਕਿੱਲੀ ਇਹਦੇ ਨਾਲ ਲੱਗੀ ਹੈ ਠੀਕ ਹੈ ਇਹ ਨਾ ਲੱਗੀ ਹੋਵੇ ਫਿਰ ਵੀ ਪ੍ਰੋਬਲਮ ਆਉਂਦਾ ਤੇ ਉਹਦੇ ਵਾਸਤੇ ਸਰਕਾਰ ਮੇਰੀ ਤੁਸੀਂ ਇੱਥੇ ਕਾਬਲਾ ਹੁੰਦਾ ਉਹ ਕਾਬਲਾ ਇਹਦੇ ਜਰੀ ਹੁੰਦੀ ਹੈ ਜਰੀ ਵਿੱਚ ਨੀਰਾ ਵੜ ਜਾ ਤੇ ਅਥ ਨਾ ਹੋਵੇ ਜਰੀ ਵਿੱਚ ਵੜ ਜਾ ਠੀਕ ਹੈ ਔਰ ਉਹ ਜਿਹੜਾ ਜਰੀ ਵਿੱਚ ਵੜ ਜਾ ਤਾਂ ਕਿ ਕਿੱਲੀ ਇੱਧੇ ਉੱਤੇ ਘੁੰਮੇ ਨਾ ਕਾ ਨਹੀਂ ਗੋ ਮੈਨਾ ਠੀਕ ਹੈ ਲੇਕਿਨ ਅੱਗੇ ਪਿੱਛੇ ਹਰਕਤ ਕਰੇ ਉਰਾ ਪਰਾਂ ਹਰਕਤ ਕਰੇ ਠੀਕ ਹੈ ਜੀ ਇਹ ਜਿਹੜਾ ਇਥੋਂ ਇਹ ਸਕੀਲ ਨੇ ਲਾਉਣ ਦਾ ਤਰੀਕਾ ਹੈ ਆ ਕਾਬਲਾ ਲੱਗ ਗਿਆ ਇਹਦਾ ਇਹ ਇਥੋਂ ਰੈਂਚ ਪਾ ਕੇ ਇਸ ਨੂੰ ਟਾਈਟ ਕਰੋ ਸਪਰਿੰਗ ਟਾਈਟ ਹੋਵੇਗਾ ਇਹ ਕਿਲੀ ਅੱਗੇ ਟੋਰ ਜਿਹੜੀ ਇਹ ਨਾਲ ਟੱਚ ਹੋ ਜਾਏਗੀ ਜ਼ਿਆਦਾ ਬਾਲੀ ਟਾਈਟ ਵੀ ਨਾ ਹੋਵੇ ਤੇ ਜ਼ਿਆਦਾ ਢਿੱਲੀ ਵੀ ਨਾ ਹੋਵੇ ਠੀਕ ਹੈ ਇਸ ਨਾਲ ਟੱਚ ਕਰ ਛਡੋ ਔਰ ਇਹਦਾ ਫਿਰ ਇਹ ਕਾਬਲਾ ਲੱਗਿਆ ਹੁੰਦਾ ਇੱਥੇ इस जगह पर ठीक है वो टैट करोगे आ फिर घूमेगा ना सही है यह काबला पहले ढीला कर लेना अभी समझ उस साइड तो नज़र नहीं आ रहा इतने काबला ठीक है जी इसने जोड़ा ना अगे पिछे न हल आह स्परिंग फलने वाला काबला स्परिंग फल ला अगे पिछे खुल्ता नहीं स्परिंग अभी समझ और इन शाला द्वाडा ज फसने रूला प्रॉब्लम हल हो जाएगा और दूसरा एक प्रॉब्लम आम्बर रूले बैजे हो जाते हैं रूले जेडा सा सज़ करने का तरीका दवा इन शाला मैं ਸਮਝਾਵਾਂਗਾ ਉਹ ਜਿਹੜਾ ਦੁਆਨਤਾ ਨੂੰ ਸਮਝਾਣ ਹੋਣਾ ਜਿਸ ਦਿਨ ਇਸ ਨਾਮ ਖੋਲਣਾ ਯਾਂ ਕੋਈ ਹੋਰ ਕਿਸੇ ਹੋਰ ਦਾ ਮੈਂ ਕੀਤਾ ਨਾ ਲਰ ਸੈਟ ਤੇ ਫਿਰ ਦੁਆਨੋ ਖੋਲ ਕੇ ਉਹਦਾ ਜਿਹੜਾ ਨਾ ਦੁਆਨਾ ਰਿਵਿਊ ਵੀ ਧਿਆਨ ਦੇ ਬਖਾਂਦੇ ਵੀ ਔਰ ਉਹਦਾ ਤਰੀਕਾ ਘਰ ਵੀ ਦੁਆਨ ਦਸਾਂਗੇ ਅੱਲਾ ਫੇਸ